ਜੰਮੂ ਸ਼ਹਿਰ ਤੋਂ ਲਹਿੰਦੇ ਪਾਸੇ ਢਿੱਲੋਂ ਦਾ ਤਲਾਅ ਹੈ, ਮੈਂ ਉਥੋਂ ਦਾ। ਹਾਂ ਮੈਨੂੰ ਪਤਾ, ਮੈਂ ਪਤਾ। ਅੱਛਾ, ਮੈਂ ਦੇਖਿਆ ਦਾ। ਅੱਛਾ, ਉਹ ਕੁਲੇ ਉਹਦੇ ਕਿਹੜਾ ਥਾਂ ਸੀ? ਅਰੇ ਕੁਲਾ ਕਿਹੜਾ ਥਾਂ ਤੋਂ ਮੈਨੂੰ ਇਹ ਦੱਸ। ਉਹ ਫਾਰਮ ਹੈ ਸੀ, ਦੁਆਨਾ ਬਾਗ ਹੈ ਸੀ। ਵਾਹ ਵਾਹ, ਅਰੇ ਸ਼ੇਖਾਂ ਕੋ ਬਾਗ ਹੈ। ਵਾਹ ਜੀ ਵਾਹ, ਉਹ ਗਰਜਾਲ ਹੈ ਪੂਰਾ, ਉਹ ਗੜੋਟੋ। ਤੇ ਬਾਬਾ ਜੀ, ਜਿਹੜਾ ਆਪਣਾ ਤਿੱਲੋ ਦਾ ਤਲਾਅ ਸੀ, ਹਾਂਜੀ, ਉਹ ਕਿੰਨੇ ਕੁ ਘਰ ਸਨ ਉੱਥੇ ਮੁਸਲਮਾਨਾਂ ਦੇ? ਬਾਜ਼ਾਰ ਹੈ। ਅੱਛਾ, ਬਾਜ਼ਾਰ ਹੈ, ਦੁਕਾਨਾਂ ਨਾ, ਉਹ ਸੜਕ ਜਾਂਦੀ ਹੈ ਸਿੱਧੀ ਜੰਮੂ ਨੂੰ। ਅੱਛਾ, ਆਉਂਦੀ ਹੈ ਲਹਿੰਦੇ ਨੂੰ। ਅੱਛਾ, ਲਹਿੰਦੇ ਸੁਣ ਪਿੰਡਾਂ ਚੋਂ ਨਿਕਲਦੇ ਨਾ, ਉਹ ਸੜਕ ਜਾਂਦੀ ਹੈ ਜੰਮੂ ਨੂੰ। ਅੱਛਾ, ਪਹਾੜਾਂ ਵਾਲੇ ਪਾਸੇ ਬਾਬੇ ਦਾ ਤਲਾਅ, ਬਾਵਾ ਹੁੰਦਾ ਸੀ ਉੱਥੇ। ਅੱਛਾ, ਉਹਦਾ ਤਲਾਅ ਹੈ ਉੱਥੇ। ਵਾਹ, ਹਾਂਜੀ, ਠੀਕ ਹੈ। ਤੇ ਨਹਿਰ ਕੋਲੋਂ ਦੀ ਵਗਦੀ ਹੈ, ਕੋਲੇ ਖੂਹ ਹੈ, ਸੋਆ ਥਲਾ ਚ ਪੈਂਦੀ ਹੈ, ਉੱਥੋਂ ਪਾਣੀ ਪੀਂਦੇ ਆ, ਖੂਹ ਵਿਚੋਂ ਨਹਿਰ ਦਾ ਪਾਣੀ ਨਹੀਂ ਥਲ ਪੀਂਦੇ। ਉਹ ਖੂਹ ਦਾ ਪਾਣੀ, ਕੋਲੇ ਫਾਰਮ ਹੈ ਸਰਕਾਰੀ, 40-35 ਘੁਮਾ ਉਹਦੇ ਚ, ਉਹਦੇ ਕੋਲ ਸਾਹਮਣੇ ਚੜ੍ਹਦੇ ਪਾਸੇ ਸਾਡੇ ਘਰ ਨੂੰ, ਤੂੰ ਚ ਬੂਹੇ ਕਰਦੇ ਆ ਤੁਹਾਡੇ? ਹਾਂਜੀ। ਅੱਛਾ, ਫਿਰ ਕੇ ਆਉਂਦੀ ਹੈ। ਅੱਛਾ, ਉਹ ਜੰਮੂ ਦੇ ਵਿੱਚ ਆਉਂਦੀ ਹੈ ਕਚਹਿਰੀ, ਮੰਡੀ ਲੱਗਦੀ ਹੈ। ਅੱਛਾ, ਲਹਿੰਦੇ ਪਾਸੇ ਪੌੜੀਆਂ ਪੱਥਰਾਂ ਦੀਆਂ, ਤਰ੍ਹਾਂ ਤਰ੍ਹਾਂ ਆਦਮੀ ਚੜ੍ਹਦੇ ਨੇ। ਅੱਛਾ, ਜਿਹੜੀ ਗੁੰਮਚਾਲੀ ਝੱਕੀ ਹੈ ਨਾ ਇੱਟਾਂ ਦੀ, ਉੱਥੇ 7 ਬੰਦੇ ਬਰਾਬਰ ਚੜ੍ਹਦੇ ਨੇ। ਵਾਹ ਜੀ ਵਾਹ, ਮੁੰਡਿਆਂ ਦੇ ਬਾਵਾਂ ਰੱਖ। ਅੱਛਾ, ਹਾਂਜੀ, ਠੀਕ ਹੈ। ਮਹੀਨੇ ਦੇ 30 ਰੁਪਈਏ, ਉਹ ਵੀ ਬੜੇ ਸਨ। 300 ਆਦਮੀ ਦੇ ਉੱਤੇ ਮੁਲਾਜ਼ਮ ਸੀ ਮੇਰਾ ਪਿਓ। ਅੱਛਾ ਅੱਛਾ, 300 ਬੰਦਾ ਉਹਨਾਂ ਦੇ ਥੱਲੇ ਕੰਮ ਕਰਦਾ। ਬਿਜਲੀ ਘਰ, ਬਿਜਲੀ ਘਰ ਆਈ ਇੰਜਣ, ਬਿਜਲੀ ਘਰ ਦੇ ਆਈ ਜਿੱਥੇ ਬਿਜਲੀ ਬਣਦੀ ਸੀ, ਪਾਣੀ ਨਹਿਰ ਦੇ ਨਾਲ ਬਿਜਲੀ ਬਣਦੀ। ਅੱਛਾ ਅੱਛਾ, ਹਾਂਜੀ, ਵਾਹ ਜੀ ਵਾਹ। ਦੋ ਭੈਣਾਂ, 3 ਭਰਾ, ਬੁੱਢੀ ਬੁੱਢਾ, 2 ਭਰਾ ਸੀ, ਠੀਕ ਹੈ। 7 ਉੱਥੇ ਗਿਆ, 2 ਆਏ। ਅੱਛਾ ਅੱਛਾ, ਮਤਲਬ ਉੱਥੇ ਗਿਆ, 2 ਆਏ, 2 ਭਰਾ ਬਸ ਤੁਸੀਂ ਪਾਲ ਲੰਗੇ। ਹਾਂਜੀ। ਅਸਲਾਮ ਵਾਲੇਕੁਮ ਬਾਬਾ ਜੀ। ਵਾਲੇਕੁਮ ਸਲਾਮ, ਕੀ ਹਾਲ ਹੈ? ਠੀਕ ਠਾਕ ਹੋ? ਅੱਲਾ ਦੀ ਰਹਿਮਤ ਹੈ, ਸ਼ੁਕਰ ਹੈ। ਕੀ ਨਾਂ ਜੀ ਆਪਣਾ? ਮੇਰਾ ਨਾਂ ਨਜ਼ੀਰ ਅਹਿਮਦ। ਤੇ ਵਾਲਦ ਸਾਹਿਬ ਦਾ ਨਾਂ? ਮੇਰੇ ਵਾਲਦ ਸਾਹਿਬ ਦਾ ਨਾਂ ਮਿਸਤਰੀ ਗੁਲਾਬ ਅਹਿਮਦ। ਮਿਸਤਰੀ ਗੁਲਾਮ ਅਹਿਮਦ, ਤੇ ਦਾਦੇ ਦਾ ਨਾਂ ਕੀ ਸੀ? ਮਿਸਤਰੀ ਗੁਲਾਬ। ਮਿਸਤਰੀ ਗੁਲਾਬ, ਹਾਂਜੀ, ਬਿਜਲੀ ਘਰ ਦਾ ਮੁਲਾਜ਼ਮ। ਅੱਛਾ, ਹਾਂਜੀ, ਰਿਗੇਜਾ ਦੇ ਬੱਕਰ ਦਾ। ਵਾਹ ਜੀ ਵਾਹ, ਹਾਂਜੀ, ਠੀਕ ਹੈ। ਤੇ ਤੁਸੀਂ ਬੈਠੇ ਹੋ ਇਸ ਵੇਲੇ ਸਤਾਪਗੜਾ ਸਿਆਲਕੋਟ? ਹਾਂਜੀ। ਤੇ ਪਿਛਲਾ ਆਪਣਾ ਪਿੰਡ ਕਿਹੜਾ ਸੀ? ਤਿੱਲੋ ਤਲਾ। ਤਿੱਲੋ ਦਾ ਤਲਾ, ਹਾਂਜੀ, ਦਾਸਕਾ, ਦਾਸਕਾ ਬਾਵਾ। ਅੱਛਾ, ਹਾਂਜੀ, ਜਿੱਥੇ ਤੋਪ ਚੱਲਦੀ ਸੀ। ਅੱਛਾ, ਉਹ ਦਾਸਕਾ ਮੇਰਾ। ਅੱਛਾ ਅੱਛਾ, ਨਾਨਕੇ ਮੇਰੇ ਗ੍ਰੈਂਡ ਗ੍ਰੈਂਡ ਗ੍ਰੈਂਡ, ਠੀਕ ਹੈ। ਜ਼ਿਲ੍ਹਾ ਜੰਮੂ ਹੀ? ਜ਼ਿਲ੍ਹਾ ਜੰਮੂ ਹੀ। ਤੇ ਤਹਿਸੀਲ? ਅੱਛਾ, ਜੰਮੂ ਹੀ ਲੱਗਦੀ, ਜੰਮੂ, ਠੀਕ ਹੈ। ਤਹਿਸੀਲ ਵੀ ਜੰਮੂ ਹੀ ਸੀ, ਡਾਕਖਾਨਾ ਥਾਣਾ ਵੀ ਜੰਮੂ ਹੈ, ਜੰਮੂ ਹੈ। ਅੱਛਾ ਅੱਛਾ ਅੱਛਾ, ਠੀਕ। ਮਤਲਬ ਤਿੱਲੋ ਦਾ ਜਿਹੜਾ ਤਲਾਅ ਸੀ ਉਹ ਨਾਲ ਸੀ ਜੰਮੂ? ਬਿਲਕੁਲ, ਯਾਰ ਥੱਲੇ। ਅੱਛਾ ਅੱਛਾ, ਠੀਕ। ਇੰਨਾ ਸੀ ਜਿੰਨਾ ਤੂੰ ਗੰਜਾ ਨੀ ਜਾਣਾ। ਅੱਛਾ ਅੱਛਾ, ਪੈਦਲ ਹੀ ਤੁਸੀਂ ਆ ਜਾ? ਪੈਦਲ ਹੀ ਜਾਂਦਾ, ਉਸੇ ਮੋਹੇ ਮਾਰ ਦੇਣ ਦਾ। ਸਹੀ ਗੱਲ, ਸਹੀ ਗੱਲ। ਅੱਛਾ ਅੱਛਾ, ਠੀਕ ਹੈ। ਤੇ ਬਾਬਾ ਜੀ, ਜਿਹੜਾ ਆਪਣਾ ਤਿੱਲੋ ਦਾ ਤਲਾਅ ਸੀ, ਹਾਂਜੀ, ਉਹ ਕਿੰਨੇ ਕੁ ਘਰ ਸਨ ਉੱਥੇ ਮੁਸਲਮਾਨਾਂ ਦੇ? ਉੱਥੇ ਬਾਜ਼ਾਰ ਹੈ। ਅੱਛਾ, ਬਾਜ਼ਾਰ ਹੈ, ਦੁਕਾਨਾਂ ਨਾ, ਉਹ ਸੜਕ ਜਾਂਦੀ ਹੈ ਸਿੱਧੀ ਜੰਮੂ ਨੂੰ। ਅੱਛਾ, ਠੀਕ। ਉਹ ਆਉਂਦੀ ਹੈ ਲਹਿੰਦੇ ਨੂੰ। ਅੱਛਾ, ਲਹਿੰਦੇ ਸੁਣ ਪਿੰਡਾਂ ਚੋਂ ਨਿਕਲਦੇ ਨਾ, ਉਹ ਸੜਕ ਜਾਂਦੀ ਹੈ ਜੰਮੂ ਨੂੰ। ਅੱਛਾ, ਪਹਾੜਾਂ ਵਾਲੇ ਪਾਸੇ ਬਾਬੇ ਦਾ ਤਲਾਅ, ਬਾਵਾ ਹੁੰਦਾ ਸੀ ਉੱਥੇ। ਅੱਛਾ, ਉਹਦਾ ਤਲਾਅ ਹੈ ਉੱਥੇ। ਵਾਹ, ਹਾਂਜੀ, ਠੀਕ ਹੈ। ਤੇ ਨਹਿਰ ਕੋਲੋਂ ਦੀ ਵਗਦੀ ਹੈ, ਕੋਲੇ ਖੂਹ ਹੈ, ਸੋਆ ਥਲਾ ਚ ਪੈਂਦੀ ਹੈ, ਉੱਥੋਂ ਪਾਣੀ ਪੀਂਦੇ ਆ, ਖੂਹ ਵਿਚੋਂ ਨਹਿਰ ਦਾ ਪਾਣੀ ਨਹੀਂ ਥਲ ਪੀਂਦੇ। ਉਹ ਖੂਹ ਦਾ ਪਾਣੀ, ਕੋਲੇ ਫਾਰਮ ਹੈ ਸਰਕਾਰੀ, 40-35 ਘੁਮਾ ਉਹਦੇ ਚ, ਉਹਦੇ ਕੋਲ ਸਾਹਮਣੇ ਚੜ੍ਹਦੇ ਪਾਸੇ ਸਾਡੇ ਘਰ ਨੂੰ, ਤੂੰ ਚ ਬੂਹੇ ਦੇ ਅੱਗੇ ਹੈ ਤੁਹਾਡੇ? ਹਾਂਜੀ। ਅੱਛਾ, ਠੀਕ। ਉਹ ਜੇ ਘਰ ਆ ਜਾਂਦਾ ਦਿੱਤੀ ਠੇਕੇਦਾਰ ਦਾ, ਨਹਿਰਾਂ ਦੇ ਘਰ ਦੋ, ਤੀਸਰਾ ਘਰ ਗੁਜਰਾਂ ਦਾ, ਜਿੱਥੇ ਦੇਖਦਾ ਉਹਦਾ ਪੋਤਰਾ ਉੱਥੇ ਖੜੇ ਹੋਣ, ਫਿਰ ਉਹ ਆਪਣੇ ਬੋਸ ਹੋ ਗਏ ਨੇ। ਅੱਗੇ ਘਰ ਆ ਜਾਂਦੇ ਨੇ 7,
ਝੋਣਾ ਦੇ ਗੁਜਰਾਂ ਦੇ ਵਾਹ ਠੀਕ ਹੈ ਹਾਂਜੀ ਅੱਗੇ ਤਵੀ ਆ ਜਾਂਦੀ ਅੱਗੇ ਡੁੰਬੇ ਆ ਜਾਂਦੇ ਨੇ ਅੱਗੇ ਕਬਰ ਜਰਾਣ ਆ ਜਾਂਦੀ ਵਾਹ ਜੀ ਵਾਹ ਵਰਜਾਲ ਦੀ ਕਬਰ ਜਰਾਣ ਆ ਜਾਂਦੀ ਅੱਗੇ ਸਭੀ ਦੇ ਕਿਨਾਰੇ ਦੇ ਅੱਗੇ ਪੀਰਾਂ ਤੇ ਦਾ ਘਰ ਆਉਂਦਾ ਕਾਣੇ ਦਾ ਪੀਰਾਂ ਤੇ ਕਾਣੇ ਦਾ ਘਰ ਅੱਛਾ ਉਹਦੇ ਧੀ ਹੁਣ ਬਹੁਤ ਹੋਈ ਇੱਥੇ ਠੀਕ ਹੈ ਤੇ ਉੱਥੇ ਜਿਹੜਾ ਤੁਹਾਡਾ ਰਹਿਣ ਸਹਿਣ ਸੀ ਵਧੀਆ ਸੀ ਇੱਕ ਨੰਬਰ ਸੀ ਅੱਛਾ ਵਾਹ ਵਾਹ ਮੇਰਾ ਨੌਕਰ ਜੀ ਮੇਰਾ ਭਰਾ ਵੀ ਨੌਕਰ ਸੀ ਵਾਹ ਦਾਜ ਮਾਤਾ ਪੜਿਆ ਅੱਛਾ ਹਾਂ ਮਜੀਰਾਂ ਦੋਵੇਂ ਵਿਆਹੀਆਂ ਨੇ ਅੱਛਾ ਪਾਕਿਸਤਾਨ ਬਣਨ ਤੋਂ ਪਹਿਲੇ ਜੀ ਪਹਿਲਾਂ ਦੀ ਗੱਲ ਹੈ ਠੀਕ ਹੈ ਠੀਕ ਹੈ ਉਹ ਪਟਵਾਰੀ ਨਾਲ ਕੰਮ ਕਰਦਾ ਜੀ ਤੁਹਾਡਾ ਭਾਈ ਹਾਂਜੀ ਠੀਕ ਹੈ ਗੁਜ਼ਰ ਬਸਰ ਵਧੀਆ ਹੋ ਰਿਹਾ ਸੀ ਕੋਈ ਟੈਨਸ਼ਨ ਨਹੀਂ ਕੋਈ ਪਰੇਸ਼ਾਨੀ ਕੋਈ ਨਹੀਂ ਸੀ ਅੱਛਾ ਅੱਛਾ ਇੱਥੋਂ ਜਾ ਕੇ ਜੰਗ ਲੱਗਾ ਉੱਠ ਕੇ ਜ਼ਖਮ ਲਗਾ ਜੰਮੂ ਨੂੰ ਚੜੇ ਆ ਲੋਕ ਲਹਿੰਦੇ ਨੂੰ ਆਇਆ ਸੀ ਜੰਮੂ ਨੂੰ ਗਏ ਆ ਉੱਥੇ ਗਮਲਾ ਕਾਬੂ ਆ ਗਏ ਉੱਥੇ ਸਾਰੇ ਜੀ ਚਲੋ ਇਹ ਵੀ ਤੁਹਾਡੇ ਨਾਲ ਗੱਲ ਕਰਨੇ ਆ ਪਹਿਲੇ ਨਾ ਜੰਮੂ ਸ਼ਹਿਰ ਦੀ ਕੋਈ ਇੱਕ ਦੋ ਗੱਲ ਸੁਣਾਓ ਤੁਸੀਂ ਜੰਮੂ ਆਉਂਦੇ ਜਾਂਦੇ ਹੋ ਜੰਮੂ ਬੜੇ ਬੜੀ ਗਿਆ ਮੈਂ ਅੱਛਾ ਮੱਖਣ ਲੈ ਕੇ ਗਏ ਅਸੀਂ ਜੰਮੂ ਠੀਕ ਹੈ ਮੱਖਣ ਲੈ ਗਏ ਆ ਜਿਹੜੀ ਧੱਕੀ ਹੈ ਨਾ ਗੁੰਮਟ ਵਾਲੀ ਉਹ ਚੜ ਕੇ ਉੱਤੇ ਤੇ ਸੜਕ ਆਉਂਦੀ ਹੈ ਦੱਖਣ ਵਾਲੇ ਪਾਸੇ ਉਹ ਫਿਰ ਕੇ ਆਉਂਦੀ ਹੈ ਅੱਛਾ ਉਹ ਜੰਮੂ ਦੇ ਵਿੱਚ ਆਉਂਦੀ ਹੈ ਕਚਹਿਰੀ ਮੰਡੀ ਲੱਗਦੀ ਹੈ ਅੱਛਾ ਜੇ ਲਹਿੰਦੇ ਪਾਸੇ ਪੌੜੀਆਂ ਪੱਥਰਾਂ ਦੀਆਂ ਤਰ੍ਹਾਂ ਤਰ੍ਹਾਂ ਆਦਮੀ ਚੜਦੇ ਨੇ ਅੱਛਾ ਜਿਹੜੀ ਗੁੰਮਟ ਵਾਲੀ ਧੱਕੀ ਹੈ ਨਾ ਇੱਟਾਂ ਦੀ ਉੱਥੇ ਸੱਤ ਬੰਦੇ ਬਰਾਬਰ ਚੜਦੇ ਨੇ ਵਾਹ ਜੀ ਵਾਹ ਮੁੰਡਿਆਂ ਦੇ ਬਾਹਾਂ ਰੱਖ ਕੇ ਅੱਛਾ ਹਾਂਜੀ ਠੀਕ ਹੈ ਅੱਗੇ ਪੇਪਰ ਸਿੱਧੀ ਸ਼ਹਿਰ ਦੇ ਵਿੱਚ ਵੜ ਜਾਂਦੇ ਅੱਛਾ ਤੇ ਕਿਸੇ ਕੋਈ ਦੁਕਾਨਦਾਰ ਦੇ ਵੀ ਨਾਂ ਯਾਦ ਰਹੇ ਤੁਹਾਨੂੰ ਦੁਕਾਨਾਂ ਹੀ ਦੁਕਾਨਾਂ ਨੇ ਅੱਛਾ ਸ਼ਹਿਰ ਜਿਹਾ ਦੁਕਾਨਾਂ ਦੁਕਾਨਾਂ ਕੋਈ ਮਸ਼ਹੂਰ ਦੁਕਾਨਦਾਰ ਦਾ ਨਾਂ ਚੇਤੇ ਰਹੇ ਨਹੀਂ ਮਸ਼ਹੂਰ ਤੈਨੂੰ ਪਤਾ ਹਿੰਦੂਆਂ ਦੀਆਂ ਦੁਕਾਨਾਂ ਅੱਛਾ ਹਿੰਦੂਆਂ ਮੁਸਲਮਾਨਾਂ ਦੀ ਦੁਕਾਨ ਕੋਈ ਨਹੀਂ ਅੱਛਾ ਇਹ ਘਿਓ ਹੋ ਗਿਆ ਕੱਪੜੇ ਦੀ ਹੋ ਗਈ ਇਹ ਕੋਈ ਗੋਸ਼ਤ ਦੀ ਹੋ ਗਈ ਸੁਣੀ ਗੱਲ ਇਹ ਛੋਟੀ ਛੋਟੀਆਂ ਦੁਕਾਨਾਂ ਸ਼ਹਿਰਾਂ ਦੀ ਵੱਡੀਆਂ ਵੀ ਹੈ ਨਾ ਠੀਕ ਹੈ ਸਿਆਲਕੋਟ ਫਿਰਿਆ ਜਾਂਦਾ ਜੀ ਜੀ ਥੋੜਾ ਜਿਹਾ ਤੇ ਨਹੀਂ ਨਾ ਬਿਲਕੁਲ ਸਾਫ ਜੰਮੂ ਦਾ ਠੀਕ ਹੈ ਜੇ ਪਹਾੜ ਵਾਲੇ ਪਾਸੇ ਪਰਾਂ ਟੁੱਟ ਜਾਈਏ ਚੜਦੇ ਨਾਮ ਨਗਰ ਵਾਲੇ ਪਾਸੇ ਤੇ ਸ਼ਹਿਰ ਹੀ ਨਹੀਂ ਮੁੱਕਦਾ ਅੱਛਾ ਤੇ ਹੁੰਦਾ ਕਿ ਪਤਾ ਉਹਨੇ ਕੋਈ ਕੀ ਬਣਿਆ ਤੇ ਕੀ ਨਹੀਂ ਹੋਇਆ ਤੁਸੀਂ ਦੱਸਿਆ ਕਿ ਮੇਰੇ ਵਾਲਦ ਸਾਹਿਬ ਮੁਲਾਜ਼ਮ ਸਨ ਹਾਂਜੀ ਕਿੰਨੀ ਤਨਖਾਹ ਸੀ ਉਸ ਵੇਲੇ ਉਹਨਾਂ ਦੀ ਉਸ ਵੇਲੇ 30,000 ਰੁਪਇਆ ਸੀ ਨਾ 30 ਰੁਪਏ 30 ਰੁਪਏ ਮਹੀਨੇ ਦੇ ਮਹੀਨੇ ਦੇ 30 ਰੁਪਏ ਉਹ ਵੀ ਬੜੇ ਸਨ 300 ਆਦਮੀ ਦੇ ਉੱਤੇ ਮੁਲਾਜ਼ਮ ਸੀ ਉਹ ਮੇਰਾ ਪਿਓ ਅੱਛਾ ਅੱਛਾ 300 ਬੰਦਾ ਉਹਨਾਂ ਦੇ ਥੱਲੇ ਕੰਮ ਕਰਦਾ ਕਿਆ ਬਿਜਲੀ ਘਰ ਬਿਜਲੀ ਘਰ ਆਈ ਇੰਜਣ ਬਿਜਲੀ ਘਰ ਦੇ ਆਈ ਜਿੱਥੇ ਬਿਜਲੀ ਬਣਦੀ ਸੀ ਪਾਣੀ ਨਹਿਰ ਦੇ ਨਾਲ ਬਿਜਲੀ ਬਣਦੀ ਅੱਛਾ ਅੱਛਾ ਹਾਂਜੀ ਵਾਹ ਜੀ ਵਾਹ ਠੀਕ ਹੈ ਤੇ ਉਹ ਤੁਸੀਂ ਬਿਜਲੀ ਘਰ ਵੇਖਿਆ ਆਪਣੀ ਅੱਖੀ ਮੈਂ ਆਪਣੀ ਅੱਖੀ ਬਾਦ ਸਾਹਿਬ ਦੇ ਜੋਕੀ ਲੈ ਕੇ ਜਾਂਦਾ ਰਿਹਾ ਹਾਂ ਠੀਕ ਠੀਕ ਉਹ ਘਰ ਤੂੰ ਕਿੰਨੀ ਦੂਰ ਸੀ ਬਿਜਲੀ ਘਰ ਸਾਡੇ ਇੰਨਾ ਜਾਣਾ ਜਿੰਨਾ ਤੂੰ ਗੱਲਾਂ ਨਹੀਂ ਜਾਣਾ ਅੱਛਾ 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 ਜੁੱਤੀ ਚੜੀ ਜਾਣਾ ਜੁੱਤੀ ਚੜੀ ਥੋੜਾ ਠੀਕ ਹੈ ਕੋਈ ਡਰ ਨੀ ਖਤਰਾ ਨੀ ਲੈਣ ਨੀ ਲੈਣ ਸਹੀ ਹੈ ਸਹੀ ਹੈ ਕਦੀ ਕਦੀ ਜਾਣਾ ਜਾ ਸੜਕੇ ਟੁੱਟ ਜਾਣਾ ਤੇ ਬਾਬਾ ਜੀ ਜ਼ਮੀਨ ਕਿਸ ਤਰ੍ਹਾਂ ਦੀ ਸੀ ਆਪਣੇ ਇਲਾਕੇ ਦੀ ਫਸਲਵਾੜੀ ਅੱਛਾ ਬੱਖਰ ਲੱਗਣੇ ਮੁੰਜੀ ਲੱਗਦੀ ਮਕਾਈ ਲੱਗਦੀ ਕਣਕ ਲੱਗਦੀ ਹਰ ਇੱਕ ਫਸਲ ਦਾ ਕਮਾਲ ਲੱਗਦਾ ਜਿਹੜਾ ਫਾਰਮ ਹੈ ਨਾ ਉਹਦੇ ਵਿੱਚ ਹਰ ਇੱਕ ਚੀਜ਼ ਸਰਕਾਰੀ ਲੱਗਦੀ ਹੈ ਅੱਛਾ ਸਰਕਾਰੀ ਫਸਲ ਹੁੰਦੇ ਸਨ ਠੀਕ ਹੈ ਮੂੰਗਫਲੀ ਅੱਛਾ ਸ਼ਕਰਕੰਦੀ ਹਰ ਇੱਕ ਸ਼ਹਿਰ ਠੀਕ ਹੈ ਠੀਕ ਹੈ ਤੇ ਕੋਈ ਮਾਲ ਡੰਗਰ ਵੀ ਰੱਖਿਆ ਸੀ ਮਾਲ ਡੰਗਰ ਵੀ ਹੈ ਸੀ ਲੋਕਾਂ ਕੋਲ ਅੱਛਾ ਤੁਹਾਡੇ ਕੋਲ ਕੋਈ ਨਹੀਂ ਸੀ ਮੇਰੇ ਕੋਲ ਨਹੀਂ ਹੈ ਸਰ ਅੱਛਾ ਲੋਕ ਜੀ ਮਹੀਆਂ ਹਨ ਲੋਕ ਹਾਂ ਦੋ ਦਾਸ ਹਨ ਅੱਛਾ ਸਕੂਲ ਗਏ ਸਕੂਲ ਜਾਂਦੇ ਰਹੇ ਸਕੂਲ ਹਾਂਜੀ ਗਿਆ ਉਹ ਕੁਲਦਾਸ ਦਿਨ ਅੱਛਾ ਗਾਵਾਂ ਦੇ ਕੇ ਤੁਰ ਆਉਂਦਾ ਠੀਕ ਹੈ ਸਕੂਲ ਨਹੀਂ ਪੜ੍ਹੇ ਭਰਾ ਮੇਰਾ 10 ਪੜ੍ਹਿਆ ਹਾਂਜੀ ਭਾਈਆ ਪੜ੍ਹਿਆ ਹੈ 10 ਪੜ੍ਹਿਆ ਅੱਛਾ ਉਦੋਂ ਦੀਆਂ 10 ਹੁੰਦੀਆਂ 20 ਅੱਛਾ ਅੱਛਾ ਸਹੀ ਗੱਲ ਹੈ ਤੇ ਉਹ ਸਨ ਪਟਵਾਰੀ ਦੇ ਨਾਲ ਹੁੰਦੇ ਸਨ ਪਟਵਾਰੀ ਉਹਦੇ ਕੋਲ ਹਿਸਾਬ ਲੈਂਦਾ ਸੀ ਅਣਕੇ ਅੱਛਾ 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 ਇਹ ਕੰਮ ਕਿਸ ਤਰ੍ਹਾਂ ਦਾ ਇਹ ਕੰਮ ਕਿਸ ਤਰ੍ਹਾਂ ਹੈ ਤੱਕ ਦਿਮਾਗ ਸੀ ਉਹਦਾ ਬੜਾ ਜਾਣਾ ਸੀ ਤੇਰੇ ਨਾਲ ਬਹੁਤਾ ਸੀ ਬਹੁਤ ਹੋ ਗਈ ਉਹ ਵੀ ਕੋਈ ਪੈਸੇ ਪੂਸੇ ਤਨਖਾਹ ਤਨੂਹ ਲੱਗੀ ਸੀ ਉਹਨਾਂ ਦੀ ਭਾਈ ਇਹਦੀ ਵੀ ਤਨਖਾਹ ਬਰਫਰ ਨਹੀਂ ਪਟਵਾਰੀ ਨਹੀਂ ਜਾਂਦੀ ਤਨਖਾਹ ਕੋਈ ਸੀ ਅੱਛਾ ਉਂਝ ਸ਼ਾਮ ਦੇ ਪਟਵਾਰੀ ਕੱਪੜੇ ਲੈ ਕੇ ਆ ਜਾਂਦਾ ਸੀ ਫਲਾਣਾ ਨੰਬਰ ਹੈ ਫਲਾਣਾ ਨੰਬਰ ਹੈ ਫਲਾਣਾ ਨੰਬਰ ਹੈ ਅੱਛਾ ਲੱਠਾ ਜਾ ਲੈਣਾ ਠੀਕ ਹੈ ਠੀਕ ਹੈ ਠੀਕ ਹੈ ਤੇ ਪਟਵਾਰੀ ਨੇ ਉਹਨੇ ਕਿਹਾ ਸੀ ਮੇਰੇ ਨਾਲ ਉਹ ਜ਼ਮੀਨ ਜਿੰਨੀ ਆ ਕੇ ਮੈਂ ਤੈਨੂੰ ਪਾ ਦਿੰਦਾ ਉਹਨੇ ਆਖਿਆ ਜ਼ਮੀਨਾਂ ਕੀ ਕਰਨੀਆਂ ਸਾਡੀ ਆਪਣੀ ਬਥੇਰੀ ਕੀ ਪਤਾ ਜੀ ਇਹ ਵੀ ਜਲਦ ਲਾਉਣਾ
ਤੁਸੀਂ ਦੱਸਿਆ ਕਿ 16 ਸਾਲ ਉਮਰ ਸੀ ਆਪਣੀ, ਠੀਕ ਠਾਕ ਤੁਸੀਂ ਗੱਭਰੂ ਸੋ ਜਵਾਨ ਸੋ? 16 70 ਇੱਥੇ ਵੀ ਹੋ ਗਏ, 75 ਹੋ ਗਏ, 75 ਹੋ ਗਏ, ਕਿੰਨੀ ਬਣ ਗਈ? 75 ਤੇ 10 85 91 ਸਾਲ, 90 ਤੇ 1 91 ਸਾਲ ਉਮਰ ਬਣ ਗਈ, 5-6 ਸਾਲ ਘੱਟ ਹੈ। ਤੇ ਹਲੇ ਵੀ ਮਾਸ਼ਾਅੱਲਾ ਡੰਡੀ ਪੰਡੀ ਕਾਇਮ, ਜੰਮੂ ਦਾ ਪਾਣੀ ਪੀਤਾ? ਹੁਣ ਬਸ ਹੋ ਗਈ। ਅੱਛਾ, ਹੁਣ ਮੈਂ ਤੈਨੂੰ ਦੱਸਾਂ, ਮੈਂ ਦਿਲ ਦਾ ਮਰੀਜ਼ ਹਾਂ, ਮੈਂ ਇੰਨੀਆਂ ਗੱਲਾਂ ਨੀ ਕਰ ਸਕਦਾ। ਸਹੀ ਹੈ ਨਾ, ਹੁਣ ਮੈਂ ਟੋਲ ਸਕਦਾ ਇੰਨਾ? ਆਪਣੇ ਭੈਣ ਭਰਾ ਰਿਸ਼ਤੇਦਾਰ ਬੜੇ ਨੇ, ਮੈਂ ਹੁਣ ਸਾਰੇ ਆਉਣਾ ਜਾਣਾ ਜਿਹੜਾ ਨਾ ਘਟਾਤਾ। ਅੱਛਾ ਬਾਬਾ ਜੀ, ਜੰਮੂ ਤੋਂ ਇਲਾਵਾ ਹੋਰ ਵੀ ਕੋਈ ਸ਼ਹਿਰ ਸ਼ੁਰ ਵੇਖੇ ਉਸ ਇਲਾਕੇ ਦੇ ਪਿੰਡ ਪੁੰਡ ਕਿਤੇ? ਮੇਰੀ ਗੱਲ ਨਾਨਕੇ ਜਾਂ ਦਾਦਕੇ ਆਂਦੇ ਜਾਣਾ? ਸ਼ਹਿਰ ਜੰਮੂ ਦੇ ਲਾਗੇ ਹੋਰ ਕੋਈ ਨੀ। ਅੱਛਾ, ਮੈਂ ਲਿਖ ਦਿੰਦਾ, ਠੀਕ ਹੈ, ਜੰਮੂ ਹੀ ਸੀ ਇਹ ਤਰ੍ਹਾਂ ਦੇ ਜਾਣ। ਚੱਲ, ਮੇਰਾ ਸਾਹਿਬ ਨਵਾਂ ਸ਼ਹਿਰ ਸਤਵਾਰੀ, ਅੱਗੇ ਸਟੇਸ਼ਨ ਆ ਜਾਂਦਾ, ਪੋਲ ਆ ਜਾਂਦਾ, ਜਹਾਜਾਂ ਦਾ ਸਤਵਾਰੀ, ਜਹਾਜਾਂ ਦਾ ਅੱਡਾ ਸਤਵਾਰੀ ਏ। ਅੱਛਾ, ਠੀਕ ਹੈ, ਉਦੋਂ ਅੱਗੇ ਪੋਲ ਆ ਜਾਂਦਾ ਤਵੀ ਵਾਲਾ ਜੀ, ਜੋ ਮਾਲ ਸਾਲ ਉੱਥੇ ਲੈਂਦਾ ਪੁਲੋਂ ਪਾਰਲੇ ਪਾਸੇ, ਅੱਗੋ ਗੱਡੀਆਂ ਦੇ ਸ਼ਹਿਰ ਵਿੱਚ ਆਉਂਦਾ, ਜਿਸ ਤਰ੍ਹਾਂ ਡਾਲ ਵਾਲੀ ਏ। ਹਾਂ, ਸਹੀ, ਠੀਕ ਹੈ। ਬਾਬਾ ਜੀ, ਜਦੋਂ ਆਹ ਰੋਲੇ ਗੋਲੇ ਪਏ, ਜਦੋਂ ਸ਼ੋਰ ਸ਼ਰਾਬਾ ਪਿਆ, ਤੁਹਾਨੂੰ ਕਿਵੇਂ, ਤੁਹਾਡੇ ਤੱਕ ਕਿਵੇਂ ਖਬਰ ਪਹੁੰਚੀ ਕਿ ਹੁਣ ਸਾਡਾ ਘਰ ਨਹੀਂ ਰਹਿਣਾ, ਸਾਡਾ ਦੇਸ਼ ਨਹੀਂ ਰਹਿਣਾ, ਸਾਨੂੰ ਉੱਠ ਕੇ ਪਾਕਿਸਤਾਨ ਜਾਣਾ ਪੈਣਾ ਵੇ? ਉਹ ਗੱਲ ਸੁਣਾਓ, ਕੀ ਬਣਿਆ? ਮੇਰਾ ਭਾਜੀ, ਮਾਰਕਟ ਆਈ ਜੇ ਸ਼ੁਰੂ ਹੋ ਗਈ, ਹਾਂਜੀ, ਦੁਨੀਆ ਨੱਸ ਪਈ, ਸਾਨੂੰ ਮੁਸਲਮਾਨਾਂ ਨੂੰ ਕੁਦਰਤ ਤੋਂ ਭਾਣ, ਅਸੀਂ ਸੋਚੀ ਚੁੱਕ ਹੀ ਨਹੀਂ ਸਕਦੇ, ਨਿੱਕੇ 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 ਹਿੰਦੂ ਜਿਹਨਾਂ ਨੇ ਸਾਨੂੰ ਕੁੱਟ ਸੁੱਟਿਆ ਫੜ ਕੇ। ਮੇਰਾ ਵਾਲ ਸਾਹਿਬ 10 ਬੰਦਿਆਂ ਦਾ ਇਕੱਲਾ ਭਾਰੂ ਸੀ, ਹੱਥ ਦੇ ਤਲਵਾਰ ਲੈ ਕੇ, ਪਰ ਕਿਸੇ ਨੂੰ ਸੋਚੀ ਵੀ ਨਹੀਂ ਮਾਰੀ, ਉੱਠ ਕੇ ਬਾਲ ਬੱਚਾ ਲੈ ਕੇ ਤੇ ਇੱਥੇ ਜਿਸ ਤਰ੍ਹਾਂ ਮੈਂ ਆਣ ਬੈਠਾ ਵਾਂ, ਇੱਥੇ ਜਸਾ ਪੈ ਗਿਆ, 200-400 ਆਦਮੀ ਇੱਥੇ ਜਿਹੜੇ ਅਣ ਚੁਣ ਚੁਣ ਕੇ ਮਾਰ ਚੜੇ, ਫਿਰ ਅਗਾਂਹ ਟੁੱਟ ਪਏ ਨੇ, ਜਿਹੜੇ ਨੱਥ ਭੱਜ ਗਏ ਨੇ ਉਹ ਬਚ ਗਏ ਨੇ, ਜਿਹੜੇ ਕੋਈ ਛੱਪ ਗਏ ਉਹ ਬਚ ਗਏ, ਜਿਹੜੇ ਅੱਗੇ ਚੜ ਗਏ ਮਰ ਗਏ। ਘਰੋਂ ਨਿਕਲੇ ਹੋ, ਆਪਣਾ ਘਰ ਛੱਡਿਆ ਤੁਸੀਂ, ਘਰੋਂ ਸਮਾਨ ਸਮੂਨ ਵੀ ਲਿਆ, ਕੱਛਾ ਵੀ ਨੀ ਸੀ ਲੱਗ, ਬਸ ਜਾਣਾ ਹੀ ਸਭ ਨੀ ਸੀ ਲੱਗ, ਮੈਂ ਤੈਨੂੰ ਸਹੀ ਗੱਲ ਦੱਸ ਦਿਆ, ਕੱਛਾ ਵੀ ਨਹੀਂ ਸੀ, ਸਹੀ ਹੈ, ਕੱਲਾ ਕੁਰਸਾ ਸੀ, ਜੰਗਲਾਂ ਦੇ ਵਿੱਚ ਖੱਜਲ ਹੋ ਗਏ, ਅਸੀਂ ਇੱਥੇ ਪੜੇ। ਠੀਕ ਹੈ, ਇਕੱਠ ਤੁਹਾਡਾ ਕਿੱਥੇ ਹੋਇਆ ਸੀ? ਕੈਂਪ ਕਿੱਥੇ ਲੱਗਾ ਸੀ? ਇਕੱਠ ਕਿੱਥੇ ਹੋਇਆ ਸੀ? ਡਾਲਵਾਲੀ ਨਹੀਂ, ਪਿੱਛੇ ਗਾਂ ਜਿੱਥੇ ਲੱਗਾ ਸੀ, ਜੰਮੂ ਉਰਲੇ ਪਾਸੇ ਪਲੇਟ ਜਹਾਜਾਂ ਦੀ। ਅੱਛਾ, ਉਸੇ ਕਰਕੇ ਛੋੜਿਆ ਸੀ। ਅੱਛਾ, ਉਹ 10,000 ਆਦਮੀ, ਅੱਛਾ, ਮੇਰੇ ਖਿਆਲ ਤੋਂ 40 ਦੇ ਨੇੜੇ ਹੋਣਾ, ਕੋਈ 8 ਦਿਨ ਉੱਥੇ ਰਹੇ, ਇਹ ਗੱਡੀ ਆ ਗਈ ਜੀ ਪਾਣੀ ਪੀਓ, ਇਹ ਗੱਡੀ ਰੋਟੀ ਤੇ ਆ ਗਈ ਹੈ, ਉਹਦੇ ਚ ਜ਼ਹਿਰ ਪਾਇਆ ਪਾਣੀ ਚ, ਜ਼ਹਿਰ ਪਾਇਆ, ਕਈ ਉਸੇ ਪੀਂਦੇ ਮਰ ਗਏ ਨੇ, ਕਈ ਖਾਂਦੇ ਮਰ ਗਏ ਨੇ, ਕਈ ਟਰੱਕ ਲੱਗ ਗਏ ਨੇ, ਫਿਰ ਕੋਈ ਅੰਬਾ ਕਿਤੇ ਲੈ ਗਿਆ, ਕੋਈ ਟਰੱਕ ਭਰ ਕੇ, ਕੋਈ ਕਿਤੇ ਲੈ ਗਿਆ ਭਰ ਕੇ, ਖਾਲੀ ਕਰ ਕਰਕੇ ਲੈ ਆਉਂਦੇ ਸਨ, ਵੱਢ ਟੁੱਕ ਕਰਕੇ ਕੱਢਿਆ, ਇਹ ਕੁਝ ਦਾ ਲੈਣਾ, ਕਿਸੇ ਵੱਢ ਬੁੜ ਕੇ, ਫਿਰ ਕਿਸੇ ਸਿੱਖ ਦੇ ਟਰੱਕ ਵਿੱਚ, ਮੀਰਾ ਸਾਹਿਬ ਇੱਥੇ ਡਾਲਵਾਲੀ ਆਪਣੇ ਪਾਰਲੇ ਪਾਸੇ ਹੀ, ਅੱਗੇ ਬੰਨਾ ਸੀ, ਬੰਨਾ ਬੰਦ ਸੀ, ਅੱਗੋਂ ਗੇੜ ਬੰਦ ਸੀ, ਪਿੱਛੇ ਦੁਨੀਆ, ਜਿੰਨਾ ਸ਼ਹਿਰ ਤੱਕ ਦੁਨੀਆ ਇਕੱਠੀ ਹੋਈ, ਪਿੱਛੋਂ ਗੋਲੀ ਇਹਨਾਂ ਨੇ ਖੋਲ ਚੜੀ, ਅੱਗੋਂ ਗੇੜ ਖੋਲ ਚੜਿਆ, ਦੁਨੀਆਂ ਨਸੀ ਨਸੀ, ਅੱਧੀ ਮਰ ਗਈ, ਅੱਧੀ ਵੱਜ ਗਈ, ਖਰਾਬੀ ਹੁੰਦੀ। ਤੁਹਾਡਾ ਵੀ ਕੁਝ ਜਾਨੀ ਨੁਕਸਾਨ ਹੋਇਆ? ਜੀ, ਇੱਕ ਨੀ ਰਿਹਾ, ਕਿੰਨੇ ਡੰਗਰ ਅਸਾਂ ਨੀ ਕੋਈ ਲਿਆਂਦਾ, ਕੁਝ ਮੇਨ ਸਾਨੂੰ ਨੀ ਪਈ। ਕਿੰਨੇ ਜੀ ਮਤਲਬ ਸ਼ਹੀਦ ਹੋਏ ਤੁਹਾਡੇ ਘਰ ਦੇ? 9 ਜੀ। 9 ਜੀ ਹੋਏ? ਅੱਛਾ ਅੱਛਾ, ਠੀਕ ਹੈ। ਉਹਦੇ ਵਿੱਚ ਤੁਹਾਡੇ ਭੈਣ ਭਾਈ ਵੀ ਸਨ? ਉਹਨਾਂ ਵਿੱਚ ਦੋ ਭੈਣ, 3 ਭਰਾ, ਬੁੱਢੀ ਬੁੱਢਾ, 2 ਭਰਾ ਸੀ, ਠੀਕ ਹੈ, 7 ਉੱਥੇ ਦੇ ਆ, 2 ਆਏ। ਅੱਛਾ ਅੱਛਾ, ਮਤਲਬ ਉੱਥੇ ਗਿਆ, 2 ਆਏ, 2 ਭਰਾ ਬਸ ਤੁਸੀਂ ਪਾਰ ਲੰਘੇ? ਹਾਂਜੀ। ਤੇ ਇੱਥੇ ਆ ਕੇ ਫਿਰ ਤੁਸੀਂ ਕਿੱਥੇ ਰਹੇ, ਰੋਟੀ ਛੋਟੀ ਕਿੱਥੋਂ ਖਾਂਦੇ ਪੀਂਦੇ? ਇੱਥੇ ਰਹੇ ਆ, ਇੱਥੇ ਸਟਾਫ ਨਹੀਂ ਗਏ ਕਿਤੇ, ਨਹੀਂ ਬੜੇ ਔਖੇ ਵਖਤ ਦੇਖੇ ਨੇ। ਸਹੀ ਗੱਲ, ਜਦੋਂ ਰਾਜ ਪਰਤ ਹੋਏ ਨਾ, ਤੇ ਫਿਰ ਬੜਾ ਔਖਾ ਵਖਤ ਦੇਖਣਾ ਪੈਂਦਾ, ਬਿਲਕੁਲ, ਜਿਹੜੀ ਇੱਛੇ ਦੀ ਪੈਦਾਇਸ਼ ਹੈ ਨਾ, ਇਹ ਹੁਣ ਪਿੱਛੇ ਜਾ ਕੇ ਕੱਖ ਨੀ ਕਰ ਸਕਦੀ, ਜੇ ਅਸੀਂ ਆਖੀਏ ਤਾਂ ਸਾਨੂੰ ਮਰਲੇ ਲੱਭ ਜਾਣ, ਜਾਂ ਮਕਾਨ ਲੱਭ ਜਾਣ, ਮੋਹਿਆ ਦੇਣੇ, ਮੋਹਿਆ ਲੈਣੇ, ਜਿਹੜੇ ਜ਼ਮੀਨਾਂ ਚ ਬੈਠੇ ਨਾ ਇਸ ਵੇਲੇ, ਉਹ ਸੌਖੇ ਨੇ, ਆ ਜ਼ਮੀਨ ਦਾ ਕੀ ਮੁੱਲ, ਜਿਹਨਾਂ ਵੇਚ ਕੇ ਖਾ ਛੱਡੀਆਂ, ਦੁਆ ਛੱਡੀਆਂ,
बाबा जी अपने नानके भी आ गए सन इत्थे ओ भी ठीक है नानके आ गए सन अच्छा हां नानके आ गए उन्हां दा कोई जी नुकसान है तो नहीं गया मतलब मामियां चो या अगू नहीं उन्हां दा कोई नहीं वड्या उन्हां दा मामा एक मेरा दो मामे पिछे रह गए अच्छा पहुंचे बहुत हो गए अच्छा ते त्रै इत्थे आए सन ते त्रै उच दो इत्थे मर गए एक पिछे गिर गया अच्छा ओ भी बहुत हो गया अच्छा नानके ढेरी मुक गई अच्छा नानके च कोई नहीं मुक गए नानके मुक गए ठेकेदार कोई वित्तीय ठेकेदार स्नेहा दे रहे हो जरा दोबारा दे रह गया ठेकेदार रिश्तेदार वित्तीय हां जी अच्छा ओदा बच्चा भी बहुत हो गया चापी भी बहुत हो गए जी अच्छा हां जी हां अलग इधर जाने जरा पर्चा तो मुंडा थी ना वो पिछले टुर गया हो गए अच्छा शायद अपनी ढेरी से ज्यादा खा ठीक इधर नहीं वेख्या तुसी किते भी हो इधर नहीं ना की ना सी तो बच्चे का कोई पता नहीं अच्छा वड्डा सी अच्छा तुहानू शाके को वापस अपने घर टुर गया चलो सही ओदा पता करवा लांगे ओ भी उठे फार्म दे सामने हो अच्छा फार्म के सामने घर मुंडे ने पूछा जा वो तेरा प्यो का की नाम है ठीक है ठीक है आखिर ना जिते ठेकेदार तो फिर मैं उसे गल करांगा सही है ठीक हो गया हाँ तू पहली माँ में चू तो पिछली माँ में चू हाँ पिछली माँ जो भी औलाद कोई नहीं थी जी अगर दूसरी जनानी की थी औलाद है थी अच्छा मुंडे मेरे को ये नहीं कम करता मुंडे का नाम भूल गया अच्छा अच्छा ठीक है तो तुम शक के भाई पिछे टुर गया फिर अज भी नसल गुजर सी दिखती थे अच्छा अच्छा तो बरादरी भी गुजर चौहान है अच्छा ज्यादा चौहान सी तो अपनी बरादरी लोधे लोधी लोधी जमा हां लोधी ठीक है ठीक है ठीक है ए जेडे अपना मिस्त्री मुगल तरखान होंगे उन्होंने सब कास्ट लोधी अच्छा अच्छा ठीक है ते बाकी दे जेड़े घर सन अपने पिछे ओ बड़े मिस्त्री सन पिछे तिलो दे तला दे ओ भी स्टाफगढ़ ही आके बैठे बाकी तो मुसलमान ही खिलर पुलर गए मैं बैठा फिर तुसी बैठा बाकी आराम दे लोग अच्छा पुलिस नगर च मैं ही बैठा ना दूसरा हर पता किया बाकी दे जेड़े मुसलमान कोई पता नहीं अज तक लगा किथे आया उन्होंने कोई पता नहीं लगा ना लिलो अपनी जेडे घर सन बरादरी दे पाकिस्तान किथे किथे बची ना कुछ बची हो गए हां बची हो गए मेरे ख्याल मां प्यो के कतल हो गए कतल ही हो गए सही ना ओ तूत दा बूटा ओ सारा नक्शा अज भी उवें दिसदा वे ख्वाब च सुपना कोई ख्वाब खूब भी आया पिछले पिछले पास ख्वाब नहीं आया कोई उन सारा याद नक्शा फिट ठीक है बहुत शुक्रिया हेलो हेलो अमर अकम अच्छा जी नमस्कार जी नमस्कार क्या हाल है जी मैं कितने बोल रहा था तू मैं हूं ना जम्मू गांधीनगर जम्मू कहो कहना दे रहा समैलपुर अच्छा सुना हाँ समैलपुर अच्छा कड़ी गोमनाथ टल के रखा तू कड़ी गोमनाथ टल के रखा तू अच्छा तै केड़ो था पुछनो मेरे वालों मैं नहीं जम्मू हो दसो अपने बारे तेजो को तला वो पता तुनो जम्मू शहर तो लेंदे पासे तेजो का तला है मैं उतो दा अच्छा अच्छा कुले उले केड़ा थां थी अरे कुले केड़ा थां वो मेनू यो दसा फार्म है थी दुआना बाग है थी वाह वाह अरे शेखा को बाग है वाह जी वाह वो गजाल है कुले गड़ोटो अच्छा अज भी है उठे हां अच्छा हां वो फार्म है तो
ਉਹ ਫਾਰਮ ਹੈ ਅੱਛਾ ਨਹੀਂ ਮਾਰਾ ਵਾਰੀ ਚੜੋ ਫਾਰਮ ਅੱਛਾ ਜਿਹੜੀ ਹਾਂ ਬਾਈ ਉਹ ਜਿਹੜੀ ਜੰਮੂ ਵਿਚ ਅੱਗੇ ਲਹਿੰਦਾ ਪਾਸਾ ਪੱਥਰਾਂ ਗਈ ਹੈ ਤਰੈ ਵੇ ਹੈ ਕਿਦਾਂ ਮੁੱਕ ਗਈ ਗੁੰਮਟਾਲੀ ਗੁੰਮਟਾਲੀ ਹੈ ਇੱਟਾਂ ਨੀ ਦੂਸਰੀ ਜਿਹੜੀ ਪੱਥਰਾਂ ਗਈ ਹੈ ਪੱਥਰਾਂ ਵਾਲੀ ਅੱਛਾ ਅੱਛਾ ਹਾਂ ਪੌੜੀਆਂ ਬਣ ਗਈਆਂ ਉਹ ਗੁੰਮਟਾਲੀ ਹੈ ਅੱਛਾ ਗੁੰਮਟਾਲੀ ਹੈ ਕਹਿੰਦੇ ਹੁਣ ਪੌੜੀਆਂ ਬਣ ਗਈਆਂ ਸੱਤ ਬੰਦੇ ਜਦ ਜਦ ਬਰਾਬਰ ਹੋ ਅੱਛਾ 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 ਉਹ ਤਵੀ ਵਾਲਾ ਪੌੜਾ ਹੈ ਜੇ ਚਾਰ ਪੰਜ ਪੁਲ ਦੇ ਉੱਤੇ ਹੋਰ ਬਣ ਗਏ ਨੇ ਅੱਛਾ ਹਾਂ ਉਦੋਂ ਇੱਕੋ ਹੀ ਪੁਲ ਦੋ ਹਾਂ ਉਦੋਂ ਇੱਕੋ ਪੁਲ ਦੋ ਅੱਛਾ 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 ਚਲੋ ਫਿਰ ਠੀਕ ਹੈ ਉਹ ਜਿਹੜੀ ਨਾਮਨਗਰ ਨੂੰ ਸੜਕ ਜਾ ਸੀ ਠੀਕ ਹੈ ਕਿ ਜਾਂ ਹੋਰ ਬਣੀ ਹਾਂ ਨਾਮਨਗਰ ਨੂੰ ਵੀ ਜਾਇਆ ਸੀ ਇੱਕ ਸੜਕ ਜੰਮੂ ਨਿਕਲ ਗਿਆ ਹਾਂਜੀ ਹਾਂਜੀ ਓਹੀ 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 ਹਾਈਵੇ ਬਣ ਗਿਆ ਹਾਂ ਵੱਡੀ ਸੜਕ ਬਣ ਗਈ ਉਹਨੇ ਕਿਹੜੇ ਥਾਂ ਬੈਠੇ ਉੱਥੇ ਹੀ ਜੰਮੂ ਜੰਮੂ ਗਾਂਧੀ ਨਗਰ ਹਾਂ ਗਾਂਧੀ ਨਗਰ ਆਪਣਾ ਇਹਨਾਂ ਦਾ ਮਹੱਲਾ ਉੱਥੇ ਬੈਠੇ ਨੇ ਉਹ ਬਾਬਾ ਜੀਵਨ ਸ਼ਾਹ ਦੀ ਜਗ੍ਹਾ ਹੈ ਖਾਨਗਾਹ ਜੰਮੂ ਦੇ ਵਿਚਕਾਰ ਬਾਬਾ ਜੀਵਨ ਸ਼ਾਹ ਉਹ ਪੀਰ ਬੋਤਲਾ ਦਾ ਬੱਕਰਾ ਨਾ ਬਾਬਾ ਜੀਵਨ ਸ਼ਾਹ ਦੀ ਖਾਨਗਾਹ ਉਹ ਜੰਮੂ ਸ਼ਹਿਰ ਚ ਹੀ ਅੱਛਾ ਜੰਮੂ ਸ਼ਹਿਰ ਚ ਅੱਛਾ ਅੱਛਾ ਉੱਥੇ ਕਤਲਾਮ ਬੜਾ ਹੋਇਆ ਸੀ ਜਦੋਂ ਹਿੰਦੁਸਤਾਨ ਪਾਕਿਸਤਾਨ ਬਣਿਆ ਬੜੀ ਦੁਨੀਆਂ ਮੋਈ ਉੱਥੇ ਹਾਂ ਚਲੋ ਖੈਰ ਹੈ ਅੱਲਾ ਦੀ ਫਿਰ ਚੰਗਾ ਸਲਾਮ ਵਾਲਾ ਕਰੋ ਅੱਛਾ ਇਹ ਉੱਥੇ ਹੀ ਨੇ ਹਾਂਜੀ ਹਾਂਜੀ ਮੈਂ ਇਹਨਾਂ ਤੋਂ ਪੁੱਛਣਾ ਵਾ ਸਾਰੀਆਂ ਗੱਲਾਂ ਬਾਤਾਂ ਨਾ ਇਹਨਾਂ ਤੋਂ ਪੁੱਛਣਾ ਵਾ ਕਿ ਆਪਣਾ ਫਿਰ ਸਾਰੀਆਂ ਜਗ੍ਹਾ ਦੇ ਨਾਂ ਦੱਸਣਗੇ ਫਿਰ ਤੁਸੀਂ ਦੱਸਿਆ ਜੋ ਫਿਰ ਇਹਨਾਂ ਨੂੰ ਅਸੀਂ ਵੀਡੀਓ ਦੇ ਰਾਹੀਂ ਸਾਰਾ ਕੁਝ ਵਹਾਣਾ ਵੇ ਉਹ ਬਾਬੇ ਜੂਨ ਸ਼ਾਹ ਦੀ ਜਿਹੜੀ ਦਰਬਾਰ ਜਗ੍ਹਾ ਸਾਰਾ ਨਾ ਇਹਨਾਂ ਦਾ ਢਿੱਲੋ ਦਾ ਤਲਾ ਅੱਜ ਕਿਵੇਂ ਦਾ ਦਿਸਦਾ ਉਹ ਸਾਰਾ ਕੁਝ ਹੈਲੋ ਨਹੀਂ ਨਹੀਂ ਤੁਸੀਂ ਸਹੀ ਦੱਸੀਆਂ ਨੇ ਗੱਲਾਂ ਸਾਰੀਆਂ ਹਾਂਜੀ ਹਾਂਜੀ